ਸਤਿ ਸ਼੍ਰੀ ਅਕਾਲ ਦੋਸਤੋ ਕਮੀਨੀ ਅੱਜ ਆਪਾਂ ਬਣਾਉਣ ਲੱਗੇ ਆ ਮੂਲੀ ਤੇ ਕਿਹਦਾ ਪਰੌਂਠਾ ਮੂਲੀ ਦਾ ਹਾਂ ਕਿਹਦਾ ਪਰੌਂਠਾ ਪਿਆਜ਼ ਪਿਆਜ਼ ਥੋੜੀ ਜਿਹੀ ਉਹ ਕਹਿਣੀ ਪਤਲਾ ਹੈਗੇ ਹੋ ਤੁਸੀਂ ਹੈਲੋ ਦੋਸਤੋ ਆ ਜਾਓ ਬਈ ਔਨਲਾਈਨ ਆ ਜਾਓ ਇਹੋ ਜਿਹਾ ਨਜ਼ਾਰਾ ਨਹੀਂ ਮਿਲਣਾ ਬਾਅਦ ਚ ਆ ਗਏ ਆ ਗਏ ਬੱਬੂ ਜੀ ਉੱਧਰ ਨਾ ਪਏ ਕਿੰਨੇ ਬੰਦੇ ਆ ਗਏ ਇੱਕ ਤਾਂ ਨੋਟੀਫਿਕੇਸ਼ਨ ਨਹੀਂ ਬੰਦ ਕੀਤੀ ਸੀ ਇਹ ਤੋਂ ਹੀ ਨਹੀਂ ਪਤਾ ਲੱਗਦਾ ਨਹੀਂ ਉਹ ਇੱਕ ਹੋਰ ਅਕਾਊਂਟ ਨਜ਼ਰ ਆ ਗਿਆ ਇਹ ਪਾਣੀ ਛੱਡ ਦਿੰਦਾ ਨਾ ਪਰੌਂਠਾ ਉਹ ਮੂਲੀ ਦੋਸਤੋ ਲਾਈਵ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੈਨੂੰ ਨਹੀਂ ਲੱਗਦਾ ਮੈਂ ਕਿੱਥੇ ਲਾਈਵ ਹੋ ਜਾਊਂ ਦੇਖਾ ਤਾਂ ਸਹੀ ਮੈਂ ਕਿਹੜੇ ਪੇਜ ਤੋਂ ਲਾਈਵ ਹੋ ਗਈ ਐਡੇ ਘੱਟ ਦੋਸਤੋ ਬਈ ਸਟਾਰ ਸੈਂਡ ਕਰ ਦਿਓ ਜੇ ਤੁਹਾਨੂੰ ਅਸੀਂ ਇੱਦਾਂ ਚੰਗੇ ਲੱਗਦੇ ਹਾਂ ਸਟਾਰ ਭੇਜੋ ਵੱਧ ਤੋਂ ਵੱਧ ਹਾਏ ਹਮ ਹੈ ਸੁਰਲੀਨ ਕੁੱਕ ਬਣਾ ਰੱਖਿਆ ਨੇ ਮੈਨੂੰ ਅੱਜ ਸਟਾਰ ਭੇਜੋ ਬਾਬਾ ਸਾਰੇ ਤੇ ਜੇ ਤੁਸੀਂ ਸਟਾਰ ਭੇਜੋਗੇ ਮੈਂ ਤੁਹਾਨੂੰ ਮੂਲੀ ਦਾ ਪਰਾਂਠਾ ਬਣਾ ਕੇ ਖਿਲਾਉਂਗੀ ਗਾਣਾ ਤਾਂ ਸੁਣਾ ਦਿਓ ਕੋਈ ਦਿਲ ਦੇ ਦਿਆ ਹੈ ਜਾਨ ਤੁਮੇ ਦੇਂਗੇ ਦਗਾ ਨਹੀਂ ਕਰੇਂਗੇ ਸਨਮ ਯਾਰ ਮੈਂ ਰੀਅਲ 'ਚ ਦੇਖਿਆ ਰੀਅਲ 'ਚ ਆਪਾਂ ਕੁਝ ਜ਼ਿਆਦਾ ਨਹੀਂ ਵਧੀਆ ਲੱਗਦੇ ਸਾਲਾਂ ਨੇ ਇੰਟਰਨੈਟ ਨੇ ਮਤਲਬ ਸਾਨੂੰ ਇੰਨਾ ਬਦਨਾਮ ਕੀਤਾ ਹੋਇਆ ਆਈ ਕਾਂਟ ਇਮੈਜਿਨ ਦੋਸਤੋ ਮਿਰਚਾਂ ਲੱਗ ਰਹੀਆਂ ਉਹ ਮਿਰਚਾਂ ਨੀ ਕੱਟ ਰਹੀਆਂ ਤੇਰੇ ਕਿੱਥੇ ਲੱਗ ਗਈਆਂ ਉਹ ਪਿਆਜ਼ ਲੱਗ ਰਿਹਾ ਮੈਨੂੰ ਇਹ ਚਿੱਕ ਚਾਕੂ ਕਰੋ ਆ ਦੇਖਿਓ ਆ ਤਿੱਖਾ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਅੱਜ ਸੁਸਤ ਪਏ ਹੋ ਤੁਸੀਂ ਹੈ ਮਤਲਬ ਕਿ ਗਾਲਾਂ ਗੁਲਾਂ ਹੀ ਸੁਣ ਕੇ ਇਹ ਜ਼ਿਆਦਾ ਔਨਲਾਈਨ ਹੁੰਦੇ ਆ ਇਹ ਸਹੀ ਲੱਗਦਾ ਖਾਣ 'ਚ ਫਿਰ ਵਿੱਚ ਮੈਂ ਕੱਟ ਦੂੰ ਛੱਡ ਤਾਂ ਚੱਕੋ ਇਹ ਜਿਹੜੇ ਬੰਦੇ ਨੂੰ ਫੈਮ ਚਾਹੀਦਾ ਹੁੰਦਾ ਉਹ ਠੂਸਰ ਲੈਂਦਾ ਠੂਆ ਕਮਲ ਕੌਰ ਦਾ ਨਾਂ ਲੈ ਮੈਂ ਤਾਂ ਭਾਈ ਮੈਂ ਕਦੀ ਕਿਸੇ ਨੂੰ ਕੁਛ ਨਹੀਂ ਕਹਿੰਦੀ ਮੈਂ ਕਹਿੰਦੀ ਹਾਂ ਕਿ ਫ੍ਰੀ 'ਚ ਪ੍ਰਮੋਸ਼ਨ ਕਰਨੀ ਹੈ ਕਰੀ ਚੱਲੋ ਆਪਣਾ ਕੀ ਹੈ ਹੈ ਬਟ ਸਾਡੇ ਨਾਂ 'ਤੇ ਪੈਸੇ ਕਮਾ ਜਾਂਦੇ ਹੈ ਨਾ ਸਾਡੇ ਚੈਨਲ 'ਤੇ ਵਿਊ ਨਹੀਂ ਆਉਂਦੇ ਇਹਨਾਂ ਦੇ ਚੈਨਲ 'ਤੇ ਵਿਊ ਆਉਂਦੇ ਆ ਪੁੱਛਣਾ ਆ ਵੀ ਪੈ ਜਾਣਾ ਲੋਕਾਂ ਦੇ ਇਹ ਵੀ ਪੈ ਜਾਣਾ ਹਾਂ ਸਭ ਤੋਂ ਪਹਿਲਾਂ ਚਲੋ ਦੋਸਤੋ ਇੰਨੀ ਕੁ ਬਹੁਤ ਆ ਲਾਈਵ ਅਤੇ ਹੋਰ ਤੁਸੀਂ ਹੁਣ ਕੀ ਚਾਹੁੰਦੇ ਹੋ ਹੈ ਵੱਧ ਤੋਂ ਵੱਧ ਫੋਲੋ ਕਰ ਲਓ ਹੈ ਤੇ ਅੱਜ ਮੈਨੂੰ ਗੱਲਾਂ ਹੀ ਨਹੀਂ ਆ ਰਹੀਆਂ ਕਿਉਂਕਿ ਅੱਜ ਭੁੱਖ ਲੱਗੀ ਕਮਲ ਕੌਰ ਨੂੰ ਤੇ ਮੇਰੀ ਪਰਾਂਠਿਆਂ ਦੀ ਸਪੀਡ ਥੋੜੀ ਜਿਹੀ ਘੱਟ ਹੈ ਦੈਟਸ ਵਾਈ ਤੇ ਹੋਰ ਦੋਸਤੋ ਕੀ ਕੀ ਕਮੈਂਟ ਕਰਦੇ ਆ ਮੈਨੂੰ ਜਾਣਦਾ ਕੋਈ ਇੱਥੇ ਤੇ ਕਮਲ ਨੂੰ ਜਾਣਦੇ ਹੋ ਸਾਰੇ ਨਹੀਂ ਨਹੀਂ ਤੁਹਾਨੂੰ ਤਾਂ ਯਾਰ ਸਾਡੇ ਤੋਂ ਵੱਧ ਜਾਣਦੇ ਦੋਸਤੋ ਸਟਾਰ ਭੇਜੋ ਪਹਿਲਾਂ ਤਾਂ ਹੈ ਨਾ ਜੇ ਪਿਆਰ ਕਰਦੇ ਹੋ ਸਟਾਰ ਭੇਜੋ ਫਿਰ ਆਪਾਂ ਗੱਲ ਕਰਾਂਗੇ ਬਾਕੀ ਆਹ ਇਹ ਟੈਂਪੂ ਅਸੀਂ ਟੈਂਪੂ ਲੱਗਦੇ ਹਾਂ
ਮੇਰਾ ਸਿਰ ਦੁਖਦਾ ਤਾਂ ਸਿਰ ਤੇ ਬੰਨਿਆ ਟੈਂਪੂਆਂ ਟੂਪੂਆਂ ਵਾਲਾ ਕੋਈ ਸਿਸਟਮ ਨਹੀਂ ਕਿ ਸਾਰੇ ਸਵੀਟ ਵੌਇਸ ਤਰੀਫ ਹੋ ਗਈ ਸਵੀਟ ਬੋਏ ਵੌਇਸ 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 ਹਾਂ ਕੀ ਬਣਾ ਰਹੇ ਹੋ ਅਸੀਂ ਫੁੱਲੀ ਵਾਲੇ ਬਣਾਉਂਦੇ ਪੂਰੀ ਵਾਲੇ ਪਰਾਂਠੇ ਜੀ ਗੁੱਸਾ ਨਾ ਅੱਖਾਂ ਚ ਪਈ ਜਾਂਦੇ ਆ ਇਹਦੀ ਲਾਈਫ ਤਾਂ ਘੱਟ ਆ ਤੁਸੀਂ ਆਪਣੇ ਤੇ ਹੋਇਓ ਉੱਥੇ ਵੱਧ ਹੋਣੀ ਆ ਜਦ ਹੋਣਾ ਹੋਇਆ ਮੇਰਾ ਉਹ ਨਹੀਂ ਹੋਇਆ ਨਾ ਮੋਨੋਟਾਈਜ਼ ਤਾਂ ਫਾਇਦਾ ਹੀ ਨਹੀਂ ਕਿ ਜਾਣਦਾ ਉਹਦੇ ਕਿਹੜਾ ਪੈਸੇ ਹੋਣੇ ਫਿਰ ਕੀ ਹੈ ਬਣਿਆ ਤਾਂ ਰਹਿਣਾ ਇੱਕ ਫਲੋਜ ਹੈ ਨਹੀਂ ਕੋਈ ਨਾ ਇਹਦੇ ਚ ਐਡ ਹੋ ਸਕਦਾ ਕੋਈ ਬੰਦਾ ਹੋਰ ਕੀ ਆਈ ਦੇਖੋ ਇੱਥੋਂ ਜਿਹਨੂੰ ਮਰਜ਼ੀ ਚੱਕ ਲਓ ਜਦੋਂ ਆਪਾਂ ਉਹ ਹੋਇਆ ਕਰਾਂਗੇ ਉਹਦੇ ਤੋਂ ਮੈਂ ਤੈਨੂੰ ਕਰ ਲੂੰਗੀ ਐਡ ਫਿਰ ਇੱਥੇ ਹੁਣ ਸਤਨਾਮ ਧਾਲੀ ਵਾਲ ਪਤੰਗ ਮੇਰੀ ਗੱਲ ਤਾਂ ਸੁਣ ਉਹ ਤੇ ਡਾਊਨਲੋਡ ਕਰਕੇ ਤੂੰ ਮੇਰੇ ਤੇ ਪਾ ਲਈ ਤੇ ਮੇਰੇ ਨਾਲ ਡਾਊਨਲੋਡ ਕਰਕੇ ਤੇ ਪਾ ਲਈ ਕਰਾਂ ਹੋਰ ਕੀ ਉਹ ਤੋਂ ਪਿੱਛੇ ਲੈ ਜਾ ਹੂੰ ਨਾ ਭਾਈ ਮਿੱਤਰੋ ਹੁਣ ਤੁਸੀਂ ਕਰੋ ਚਿੱਲ ਤੇ ਮੈਂ ਕਰਨ ਲੱਗੀ ਹਾਂ ਕੁਛ ਕੰਮ ਹੈ ਮੈਂ ਵੀ ਕੰਮ ਕਰ ਲਾਂ ਇਹ ਵੀ ਕੰਮ ਕਰਦੀ ਹੈ ਯਾਰ ਕੰਮ ਸਾਰੇ ਕਰਦੇ ਅਸੀਂ ਘਰੇਲੂ ਹਾਂ ਹੈ ਵਾਈਫ ਮਟੀਰੀਅਲ ਆ ਸਾਡਾ ਬਟ ਹੁਣ ਐਂਟਰਟੇਨ ਵੀ ਤਾਂ ਕਰਨਾ ਕਿ ਨਹੀਂ ਇੱਦਾਂ ਦਾ ਕੋਈ ਦੇਖਦਾ ਹੀ ਨਹੀਂ ਕਲਯੁੱਗ ਬਟ ਫਿਰ ਵੀ ਤੁਹਾਨੂੰ ਦੇਖਣਾ ਚਾਹੀਦਾ ਕਿ ਕਿਹਦਾ ਕੀ ਸਿਸਟਮ ਹੈ ਸਾਰਿਆਂ ਨੂੰ ਇੱਕੋ ਬਰਾਬਰ ਨਾ ਸਮਝਿਆ ਕਰੋ ਹੈ ਜੇ ਅਗਲੀ ਨੇ ਇੰਨਾ ਸਟਰਗਲ ਕੀਤਾ ਕੋਈ ਹੁਣ ਇੱਕ ਚਲੋ ਕੁੜੀ ਹੈਗੀ ਆ ਠੀਕ ਹੈ ਉਹਦੇ ਬਾਰੇ ਬਕਵਾਸ ਕਰਦੀ ਹੈ ਐਂ ਕੀਤਾ ਸੁਰਲੀ ਨੂੰ ਉਹ ਕੀਤਾ ਠੀਕ ਆ ਬਟ ਮੈਂ ਜਦੋਂ ਦੇਖਿਆ ਨਾ ਸਿਸਟਮ ਘਰਦਿਆਂ ਲਈ ਕੀਤਾ ਉਹ ਤਾਰਿਆਂ ਤੋਂ ਉੱਤੇ ਆ ਹੈਂ ਆਪਣੇ ਮਾਂ ਪਿਓ ਨੂੰ ਲੈ ਕੇ ਬੈਠੀ ਆ ਅੱਜ ਠੀਕ ਆ ਐਂ ਨਹੀਂ ਲੋਕਾਂ ਵਾਂਗੂ ਕਿ ਹਾਂ ਲਿਵਿੰਗ ਰਿਲੇਸ਼ਨਸ਼ਿਪ 'ਚ ਬੈਠੇ ਆ ਉੱਥੇ ਜਾ ਕੇ ਹਾਂ ਫਲੈਟਾਂ 'ਚ ਆ ਫਿਰ ਕਿਸੇ ਪਿੰਡ 'ਚ ਬੈਠੇ ਆ ਇੱਦਾਂ ਨਹੀਂ ਹੁੰਦਾ ਹੁੰਦਾ ਕਿਸੇ ਨੂੰ ਮਾੜਾ ਉਦੋਂ ਤੱਕ ਕਹੋ ਜਦੋਂ ਤੱਕ ਬੰਦਾ ਸੁਣ ਲਵੇ ਜਰ ਲਵੇ ਹੈ ਨਾ ਕਿਸੇ ਦੇ ਪੇਰੈਂਟਸ 'ਤੇ ਨਹੀਂ ਜਾਈਦਾ ਹੁੰਦਾ ਲੋਕ ਕਿਵੇਂ ਮਤਲਬ ਸਮਝ ਨਹੀਂ ਲੱਗਦੀ ਕਿਸੇ ਦੇ ਪੇਰੈਂਟਸ 'ਤੇ ਕਿਉਂ ਜਾਂਦੇ ਹੋ ਉਹਨੂੰ ਜੋ ਮਰਜ਼ੀ ਬੋਲੋ ਤੁਹਾਡੀ ਜੇ ਦਮ ਹੈ ਤਾਂ ਫਿਰ ਉਹਨੂੰ ਬੋਲੋ ਉਹਨੂੰ ਮਿਲੋ ਟਾਈਮ ਪਾਓ ਫਿਰ ਦੇਖਾਂਗੇ ਤੁਹਾਡੀ ਕਿੰਨਾ ਦਮ ਹੈ ਇਕੱਲੇ ਨੂੰ ਇਕੱਲਾ ਆਇਓ ਹੈ ਨਾ ਇੱਦਾਂ ਨਹੀਂ ਹੁੰਦਾ ਕਿ ਮੈਂ ਮੂੰਹ ਚੱਕ ਕੇ ਆ ਗਿਆ ਜੀ ਦਸ ਬੰਦੇ ਨਾਲ ਲੈ ਕੇ ਇਹਦੇ 'ਚ ਕੋਈ ਮਰਦਾਨਗੀ ਵਾਲੀ ਗੱਲ ਨਹੀਂ ਮੈਂ ਤਾਂ ਕਹਿੰਦੀ ਹਾਂ ਅੱਜ ਕੱਲ੍ਹ ਕੁੜੀਆਂ ਬਹੁਤ ਉਹ ਨਹੀਂ ਬਣੀਆਂ ਪਈਆਂ ਡੌਨ ਉਹ ਆਪਣੇ ਸਿਰ 'ਤੇ ਡੌਨ ਬਣੋ ਯਾਰ ਆਪਣੇ ਸਿਰ 'ਤੇ ਕਿਸੇ ਦੇ ਸਿਰ 'ਤੇ ਡੌਨ ਬਣਦੇ ਹੋ ਹੈਂ ਮੈਨੂੰ ਨਹੀਂ ਚੰਗਾ ਲੱਗਿਆ ਤੁਹਾਡਾ ਹਿਸਾਬ ਕਿਤਾਬ ਬਾਕੀ ਤੁਸੀਂ ਜ਼ਿਆਦਾ ਸਮਝਦਾਰ ਹੈਗੇ ਹੋ ਆਈ ਥਿੰਕ ਜੇ ਆਪਣੇ ਹਿੱਕ 'ਚ ਦਮ ਆ ਨਾ ਮੂੰਹ ਖੋਲ੍ਹ ਕੇ ਬੋਲੋ ਹਾਂ ਮੈਂ ਇੱਥੇ ਖੜੀ ਹਾਂ ਸੁਰਲੀ ਨਾ ਮਿਲ ਮੈਨੂੰ ਠੀਕ ਆ ਜਾਂ ਖੜਾ ਵਾਂ ਐਂ ਕੋਈ ਗੱਲ ਨਹੀਂ ਬਣਦੀ ਹੈ ਨਾ ਚਲੋ ਬਾਕੀ ਇੱਕ ਤੁਹਾਡੀ ਇੱਕ ਪੋਸਟ ਪਈ ਸੀ ਕਿਸੇ ਦੇ ਆਈ ਡੀ 'ਤੇ ਮੈਂ ਚਲੋ ਉਹਦਾ ਨਾਂ ਨਹੀਂ ਲੈਂਦੀ ਬਟ ਉਹ ਚੀਜ਼ ਉਹਨੇ ਗਲਤ ਪਾਈ ਆ ਮੂੰਹ ਨਾਲ ਬੋਲੋ ਜਿੰਨਾ ਬੋਲਣਾ ਹੈ ਨਾ ਜਿੰਨੀ ਕੁ ਤੁਸੀਂ ਜਿੰਨਾ ਕੁ ਗਿਰ ਸਕਦੇ ਹੋ ਗਿਰ ਜਾਓ ਮੂੰਹ ਨਾਲ ਉਸ ਪਰਟੀਕੁਲਰ ਬੰਦੇ 'ਤੇ ਜਿਹਦੇ 'ਤੇ ਤੁਹਾਨੂੰ ਜਿਹਨੂੰ ਲੱਗਦਾ ਕਿ ਹਾਂ ਉਹਦੇ ਮੈਂ ਮੇਰੀ ਲੱਗਦੀ ਆ ਕਿਹਨੂੰ ਬਾਕੀ ਬਦਮਾਸ਼ੀ ਬਦਮੋਸ਼ੀ ਚ ਕੁਛ ਨੀ ਰੱਖਿਆ ਠੀਕ ਆ ਸਿੱਧੂ ਮੂਸੇ ਵਾਲਾ ਠੀਕ ਆ ਉਹ ਲਾ ਲਓ ਹੋਰ ਪਤਾ ਨਹੀਂ ਕਿੰਨੇ ਕੁ ਚਲੇ ਗਏ ਹੋਰ ਕਿੰਨੇ ਕੁ ਜਾਣਗੇ ਬਦਮਾਸ਼ੀ 'ਚ ਹੈ ਨਾ ਪਿਆਰ ਨਾਲ ਰਿਹਾ ਕਰੋ ਸਾਰੇ ਐ ਨਹੀਂ ਕਿ ਹਾਂ ਅੱਜ ਉਹਨੇ ਇਹ ਕਿਹਾ ਅਤੇ ਕੱਲ੍ਹ ਨੂੰ ਤੁਸੀਂ ਕਾਂਡ ਕਰੋ ਵੀ ਆ ਫਿਰ ਇੱਦਾਂ ਡਰਦਾ ਕੋਈ ਨਹੀਂ ਹੁੰਦਾ ਮਰਨ ਤੋਂ ਬਸ ਉਹੀ ਗੱਲ ਹੁੰਦੀ ਹੈ ਕਿ ਫੈਮਲੀ ਫੈਮਲੀ ਅਸੀਂ ਦੇਖ ਕੇ ਚੁੱਪ ਕਰ ਜਾਂਦੇ ਹਾਂ ਨਹੀਂ ਤਾਂ ਕੋਈ ਕਿਸੇ ਤੋਂ ਨਹੀਂ ਡਰਦਾ ਹੁੰਦਾ ਸਾਡੇ ਘਰ ਦੇ ਹੈਗੇ ਸਾਡੇ ਸਿਰ 'ਤੇ ਠੀਕ ਆ ਮੇਰੇ ਘਰ ਦੇ ਹੈਗੇ ਮੇਰੇ ਸਿਰ 'ਤੇ ਇਹਨਾਂ ਦੇ ਮੋਮ ਡੈਡ ਹੈਗੇ ਇਹਨਾਂ ਦੇ ਸਿਰ 'ਤੇ ਠੀਕ ਆ ਹੁਣ ਤੁਹਾਨੂੰ ਇਹ ਥੋੜ੍ਹੀ ਨਾ ਪਤਾ ਤੁਹਾਨੂੰ ਬਸ ਇਹ ਪਤਾ ਸੁਰਲੀਨ ਦੇ ਕੱਪੜੇ ਕਮਲ ਕੌਰ ਦੀਆਂ ਗੱਲਾਂ
ਲੋਕ ਬਸ ਹੋਰ ਕੁਛ ਨਹੀਂ ਜਾਣਦੇ ਸਾਡੇ ਬਾਰੇ, ਹਾਂ ਜਿਹੜਾ ਸਾਡੇ 'ਚ ਬੈਠਦਾ ਹੋਊਗਾ ਨਾ ਉਹੀ ਸਾਡੀ ਤਾਰੀਫ ਕਰ ਸਕਦਾ ਕਿ ਹਾਂ ਇਹ ਚੰਗੀਆਂ ਕੁੜੀਆਂ ਨੇ, ਜਿਹੜਾ ਸਾਨੂੰ ਜਾਣਦਾ ਹੀ ਨਹੀਂ ਉਹ ਤਾਂ ਬੋਲੂਗਾ ਹੀ। ਸਾਨੂੰ ਸੂਟ ਪਾ ਕੇ ਅੱਠ ਅੱਠ ਮੁੰਡੇ ਨਾਲ ਚੱਕ ਕੇ ਖਾਲਿਸਤਾਨ ਦਾ ਨਾਮ ਬਦਨਾਮ ਕਰਕੇ ਡਰਾਮੇ ਨਹੀਂ ਕਰਨੇ ਆਉਂਦੇ ਅਸੀਂ ਜੋ ਹਾਂ ਹਾਂ। ਧਰਮ ਦਾ ਸਹਾਰਾ ਨਹੀਂ ਲੈਣਾ ਚਾਹੀਦਾ, ਆਪਣੀ ਪਰਸਨਲ ਲੜਾਈ ਹੋਵੇ ਹੈ ਨਾ, ਤੁਸੀਂ ਇੱਕ 'ਚ ਦਮ ਰੱਖੋ ਕਿਸੇ ਨਾਲ ਲੜੋ ਜਾ ਕੇ, ਧਰਮ ਨਾ ਆਵੇ ਵਿੱਚ। ਧਾਰਮਿਕ ਗੱਲਾਂ ਨਾ ਫਿਰ ਦਿਲ 'ਤੇ ਲੱਗਦੀਆਂ ਹੁੰਦੀਆਂ। ਅਤੇ ਹੋਰ ਦੋਸਤੋ ਚੰਗਾ ਬਏ, ਫਿਰ ਆਹ ਪੋਸਟ ਸ਼ੇਅਰ ਕਰ ਦਿਓ ਵੱਧ ਤੋਂ ਵੱਧ, ਅਤੇ ਜੇ ਦਿਲ ਕੀਤਾ ਸਟਾਰ ਦੇ ਦਿਓ, ਅਤੇ ਕਮੈਂਟ ਸੋਹਣੇ ਸੋਹਣੇ ਕਰਿਓ ਜੇ ਚੰਗੇ ਲੱਗਦੇ ਹਾਂ ਅਸੀਂ ਤਾਂ, ਜੇ ਨਹੀਂ ਚੰਗੇ ਲੱਗਦੇ ਤਾਂ ਐਡੇ ਵੱਡੇ ਵੱਡੇ ਕਮੈਂਟ ਕਰਿਓ ਹੈਂ। ਸੋਹਣਾ ਲੱਗਦਾ ਮੈਨੂੰ ਪੜ੍ਹਨਾ, ਆਪਣੇ ਅਕਾਊਂਟ 'ਤੇ ਠਰਕ ਭੋਰੀ ਜਾਂਦੀ ਹਾਂ। ਚਲੋ ਬਾਏ ਹੈ ਦੋਸਤੋ, ਲਵ ਯੂ ਆਲ, ਬਾਏ ਕਰੋ, ਟਾਟਾ ਕਰੋ ਇਨਕੋ, ਟਾਟਾ ਦੀਪਕ ਲਾਲ।